ਅਸੀਂ ਇੱਥੇ ਇਕੱਠੇ ਹੋਏ ਹਾਂ ਸੰਗਰੂਰ 'ਚ। ਧੰਨਵਾਦ ਸਾਰੀ ਪ੍ਰੈਸ ਦਾ। ਵੈਸੇ ਤਾਂ ਪਰਮਾਤਮਾ ਕਿਸੇ ਨੂੰ ਸਰੀਰਕ ਪੱਖੋਂ ਕੋਈ ਉਣਤਾਈ ਕਿਸੇ ਤਰ੍ਹਾਂ ਦੀ ਰੱਖੇ ਨਾ, ਦੁਆਵਾਂ ਅਤੇ ਅਰਦਾਸ ਤਾਂ ਇਹੀ ਹੈ। ਪਰ ਜੇ ਪਰਮਾਤਮਾ ਨੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਸਰੀਰਕ ਅਪਾਹਜਤਾ ਜਿਹੜੀ ਹੈ ਉਹ ਦੇ ਦਿੱਤੀ ਹੈ ਤਾਂ ਉਹਨੂੰ ਫਿਰ ਜਿਉਣ ਦਾ ਉਹਨਾਂ ਨੂੰ ਮਾਹੌਲ ਮਿਲਣਾ ਚਾਹੀਦਾ, ਉਹਨਾਂ ਨੂੰ ਸਮਾਜ ਦੇ ਵਿੱਚ ਇੱਜ਼ਤ ਮਿਲਣੀ ਚਾਹੀਦੀ ਹੈ। ਕਿਉਂਕਿ ਉਡਾਨ ਜਿਹੜੀ ਹੈ, ਉਡਾਰੀ ਜਿਹੜੀ ਹੈ ਉਹ ਖੰਭਾਂ ਨਾਲ ਨਹੀਂ, ਉਹ ਹੌਸਲਿਆਂ ਨਾਲ ਹੁੰਦੀ ਹੈ। ਸੋ ਅੱਜ ਅਸੀਂ 7 ਸਰੀਰਕ ਤੌਰ 'ਤੇ ਵਿਕਲਾਂਗ ਇਸ ਹਲਕੇ ਦੇ ਨੌਜਵਾਨ ਨੇ, ਵਿੱਚ ਭੈਣ ਜੀ ਹੋਰੀ ਵੀ ਨੇ। ਇਹਨਾਂ ਨੂੰ ਜਿਹੜੀ TVS ਦੀ ਜਿਹੜੀ ਸਕੂਟੀ ਹੈ, ਥ੍ਰੀ ਵੀਲਰ ਜਿਹੜਾ ਹੁੰਦਾ, ਉਹ ਅੱਜ ਦਿੱਤੇ ਨੇ MP ਕੋਟੇ ਦੇ ਵਿੱਚ। ਇਹ ਗ੍ਰਾਂਟ ਹੈਗੀ ਹੈ ਕਿ ਵਿਕਲਾਂਗ ਲੋਕਾਂ ਲਈ ਵੀਲਚੇਅਰ, ਜਾਂ ਫਿਰ ਜਿਹੜੇ ਉਹਨੂੰ ਵੀਲਚੇਅਰ ਨੂੰ ਚਲਾ ਨਹੀਂ ਸਕਦੇ ਹੱਥ ਨਾਲ, ਜਾਂ ਉਹਨਾਂ ਨੂੰ ਦਿੱਕਤ ਹੈ, ਜਾਂ ਜਾਣਦੇ ਨੇ ਸਕੂਟਰ ਚਲਾਉਣ, ਤਾਂ ਉਹਨਾਂ ਵਾਸਤੇ ਇਹ ਮੋਟਰ ਵਾਲੀ ਹੈ, ਇੰਜਣ ਵਾਲੀ ਹੈ। ਇਸ ਤੋਂ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਵੀਲਚੇਅਰਾਂ ਜਿਹੜੀਆਂ ਨੇ ਉਹ ਵਿਕਲਾਂਗਾਂ ਨੂੰ ਦਿੰਦੇ ਰਹਿੰਦੇ ਹਾਂ ਜਦੋਂ ਵੀ ਮੌਕਾ ਮਿਲਦਾ, ਔਰ ਇਹ ਰਾਜਨੀਤੀ ਤੋਂ, ਵੋਟਾਂ ਤੋਂ, ਇਸ ਲੈਵਲ ਤੋਂ ਉੱਪਰ ਉੱਠ ਕੇ ਹੈ। ਅਤੇ ਜਿਹੜਾ ਵੀ ਸਾਡੇ ਕੋਲ ਕੋਈ ਨੀਡੀ ਆਉਂਦਾ, ਅਸੀਂ ਉਹਦੇ ਹਿਸਾਬ ਨਾਲ ਜ਼ਰੂਰਤਮੰਦ ਨੂੰ ਅਸੀਂ ਇਹ ਜਿਹੜਾ MP ਕੋਟੇ ਦੇ ਵਿੱਚੋਂ ਉਹ ਜਿਹੜਾ ਅਸੀਂ ਉਹਨਾਂ ਨੂੰ ਡਿਸਟ੍ਰੀਬਿਊਟ ਕਰਦੇ ਹਾਂ। ਸੋ ਅੱਜ ਅਸੀਂ 7 ਜਿਹੜੀਆਂ ਇਹਨਾਂ ਨੂੰ ਹੈਂਡਓਵਰ ਕਰਨ ਲੱਗੇ ਹਾਂ, ਔਰ ਉਮੀਦ ਕਰਦੇ ਹਾਂ ਕਿ ਇਹਦੇ ਨਾਲ ਇਹਨਾਂ ਦੀ ਜਿਹੜੀ ਐਕਟੀਵਿਟੀ ਆ ਵਧੂਗੀ, ਇਹ ਜਿਹੜੇ ਆਪਦੇ ਰੋਜ਼ਗਾਰ ਦੇ ਸਾਧਨ, ਸ਼ਾਇਦ ਉਹਦੇ ਵਿੱਚ ਵੀ ਇਹਨਾਂ ਨੂੰ ਵਾਧਾ ਹੋਜੂਗਾ, ਇਹਨਾਂ ਨੂੰ ਆਉਣਾ ਜਾਣਾ ਸੌਖਾ ਹੋਜੂਗਾ, ਤਾਂ ਕਿ ਇਹ ਆਪਣੀ ਰੋਜ਼ੀ ਰੋਟੀ ਆਪ ਕਮਾ ਸਕਣ, ਕਿਸੇ ਦੇ ਸਹਾਰੇ 'ਤੇ ਨਾ ਰਹਿਣ। ਔਰ ਮੈਨੂੰ ਪਤਾ ਲੱਗਿਆ ਕਿ ਇੰਟਰਨੈਸ਼ਨਲ ਤਾਂ ਮੁੰਡਾ ਜਿਹੜਾ ਉਹ ਇੰਟਰਨੈਸ਼ਨਲ ਸਿਲੈਕਟ ਹੋਇਆ, ਉਹਦੇ ਵਿੱਚ ਸਪੋਰਟਸ ਦੇ ਵਿੱਚ ਵੀ ਮੱਲਾਂ ਮਾਰੀਆਂ ਨੇ, ਪੈਰਾ ਓਲੰਪਿਕ ਦੇ ਵਿੱਚ ਸਾਡੇ ਵਿਕਲਾਂਗ ਲੋਕਾਂ ਨੇ। ਸੋ ਇਹਨਾਂ ਨੇ ਇੰਟਰਨੈਸ਼ਨਲ ਦੇ ਵਿੱਚ ਤੁਸੀਂ ਸਿਲੈਕਟ ਹੋਏ ਹੋ ਪਾਵਰ ਲਿਫਟਿੰਗ ਦੇ ਵਿੱਚ। ਅਤੇ ਬਾਕੀ ਜਦੋਂ ਅਸੀਂ ਮੈਨੀਫੈਸਟੋ ਜਾਰੀ ਕੀਤਾ ਸੀ 2017 ਦਾ, ਉਹਦੇ ਵਿੱਚ ਵੀ ਹੈ ਕਿ ਵਿਕਲਾਂਗਾਂ ਦੀਆਂ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਉਹ ਤੁਰਤ ਭਰਨੀਆਂ ਚਾਹੀਦੀਆਂ ਨੇ। ਦਿੱਲੀ ਦੀ ਤਰਜ਼ 'ਤੇ ਇਹਨਾਂ ਨੂੰ ਜਿਹੜਾ ਉਹ ਇਹਨਾਂ ਦੀ ਜਿਹੜੀ ਪੈਨਸ਼ਨ ਦੀ ਜਿਹੜੀ ਹੱਦ ਹੈ ਉਹ ਹੁਣ ਕਰ ਰੱਖੀ ਹੈਗੀ 50%, ਉਹਨੂੰ ਘਟਾ ਕੇ 40 ਕਰਨਾ ਚਾਹੀਦਾ। ਅਤੇ ਨਾਲ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਸਾਰੀਆਂ, ਉਹ ਇਹਨਾਂ ਨੂੰ ਇਹਨਾਂ ਦੀਆਂ ਨੌਕਰੀਆਂ ਦੇ ਵਿੱਚ ਇਹਨਾਂ ਦੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਪੂਰੀ ਕਰਕੇ ਇਹਨਾਂ ਨੂੰ ਜਿਹੜੀ ਹੈ ਰੋਜ਼ਗਾਰ 'ਤੇ ਲਾਇਆ ਜਾਵੇ। ਕਿਉਂਕਿ ਇਹ ਨਹੀਂ ਚਾਹੁੰਦੇ ਕਿਸੇ ਦਾ ਸਹਾਰਾ ਬਣਨ, ਇਹ ਆਪ ਉਡਾਰੀ ਮਾਰਨਾ ਚਾਹੁੰਦੇ ਨੇ। ਉਹੀ ਗੱਲ ਹੈ ਕਿ ਹੌਸਲੇ ਇਹਨਾਂ ਦੇ ਬਹੁਤ ਬੁਲੰਦ ਨੇ, ਹੌਸਲੇ ਨਾਲ ਉਡਾਰੀਆਂ ਪੈਦੀਆਂ ਨੇ। ਸੋ ਅੱਜ ਅਸੀਂ ਇੱਥੇ ਇਸ ਕਰਕੇ ਬੈਠੇ ਹੋਏ ਸੀ। ਇਹ ਤਾਂ ਜੀ ਉਹਨਾਂ ਨੂੰ ਪੁੱਛੋ ਜੀ, ਹੁਣ ਜਿਹਨਾਂ ਨੇ ਇਨਕਮ ਕੀਤੀ ਹੈ ਅਤੇ ਬਾਅਦ 'ਚ ਟੈਕਸ ਨਹੀਂ ਦਿੱਤੇ, ਇਹ ਤਾਂ ਉਹਨਾਂ ਨੂੰ ਪੁੱਛੋ ਜੀ। ਜਗਮੀਤ ਬਰਾੜ ਦੇ ਘਰ ਇਨਕਮ ਟੈਕਸ ਦੀ ਰੇਡ ਹੋਈ ਹੈ ਜੀ, ਨਾ ਮੈਂ ਇਨਕਮ ਟੈਕਸ ਰਾਣਾ ਗੁਰਜੀਤ ਦੇ ਇਨਕਮ ਦਫ਼ਤਰਾਂ 'ਤੇ ਇਨਕਮ ਟੈਕਸ ਦਾ। ਦੇਖੋ ਜੀ ਉਹਦੇ ਦੇਖੋ ਜੱਗ ਜਾਹਰ ਹੈ ਤਾਂ ਹੁਣ ਕਿ ਉਹਨਾਂ ਨੇ ਕਿਸ ਤਰ੍ਹਾਂ ਰੇਤੇ ਦੀਆਂ ਖੱਡਾਂ ਦੇ ਵਿੱਚ ਕੱਪੜੇ ਕੀਤੇ, ਕਿਸ ਤਰ੍ਹਾਂ ਉਹਨਾਂ ਦੀਆਂ ਸ਼ੂਗਰ ਮਿੱਲਾਂ ਦੇ ਵਿੱਚ ਟਰੱਕ ਹੀ ਗਾਇਬ ਹੋ ਜਾਂਦੇ ਨੇ। ਸੋ ਕੁਛ ਨਾ ਕੁਛ ਤਾਂ ਹੋਊਗਾ। ਪਹਿਲਾਂ ED ਨੂੰ ਉਹਨਾਂ ਦੇ ਬੇਟੇ ਨੂੰ ED ਨੇ ਵੀ ਬੁਲਾਇਆ ਸੀ। ਸੋ ਕੋਈ ਨਾ ਕੋਈ ਉਹਨਾਂ ਨੂੰ ਜਿਹੜਾ ED ਨੂੰ ਜਾਂ ਇਨਕਮ ਟੈਕਸ ਨੂੰ ਸ਼ੱਕ ਹੋਊਗਾ ਅਤੇ ਛਾਪੇ ਪੈਣ ਤਾਂ ਜੀਣ ਦੀ ਗੱਲ ਹੈ। ਦੇਖੋ ਬਲਜਿੰਦਰ ਕੌਰ ਜੀ ਨੇ 2 ਇਲੈਕਸ਼ਨ ਲੜ ਲਈਆਂ, ਇੱਕ ਤਾਂ ਤਲਵੰਡੀ ਸਾਬੋ ਦੀ ਜਿਹੜੀ 22 ਇਲੈਕਸ਼ਨ ਸੀ, ਇੱਕ ਉਹ ਤੋਂ ਬਾਅਦ 2017 ਵਾਲੀ। ਸਾਰੇ ਕਾਗਜ਼ਾਤ ਦੋਨੇ ਵਾਰੀ ਜਮ੍ਹਾਂ ਕਰਾਏ,
ਕਾਗਜ਼ਾਂ ਦੀ ਜਾਂਚ ਹੁੰਦੀ ਹੈ, ਆਪਾਂ ਕਹਿੰਦੇ ਹਾਂ ਕਿ ਕਾਗਜ਼ਾਂ ਦੀ ਭਰਨ ਦੀ ਮਿਤੀ ਇੰਨੀ, ਜਾਂਚ ਦੀ ਮਿਤੀ ਇੰਨੀ, ਅਤੇ ਉਹ ਤੋਂ ਬਾਅਦ ਆਖਰੀ ਵਾਪਸ ਲੈਣ ਦੀ ਮਿਤੀ ਇੰਨੀ। ਉਹ ਜਾਂਚ ਦੇ ਵਿੱਚ ਜਦੋਂ ਸਹੀ ਪਾਇਆ ਗਿਆ ਦੋ ਵਾਰੀ, ਅਤੇ ਹੁਣ ਵੀ SDM ਦਾ ਫੈਸਲਾ ਕੁਛ ਹੋਰ ਹੈ, DC ਦਾ ਫੈਸਲਾ ਕੁਛ ਹੋਰ ਹੈ, ਹਾਲ 'ਚ ਅਕਾਲੀ ਦਲ ਵਾਲੇ ਮਾਲਵੇ ਦੀ ਇਸ ਭਾਰੀ ਹਾਰ ਨੂੰ ਹਜੇ ਤੱਕ ਬਰਦਾਸ਼ਤ ਨਹੀਂ ਕਰ ਸਕੇ, ਉਹ ਕੋਈ ਨਾ ਕੋਈ ਬਹਾਨੇ ਲੱਭਦੇ ਰਹਿੰਦੇ ਜੀ। ਕੀਹਦੀ ਖੋਲ ਰੈਲੀ ਜੀ ਬੋਲੋ, ਮੈਂ ਇਹੀ ਦੱਸਣਾ ਚਾਹੁੰਦਾ ਸੀਗਾ, ਮੈਂ ਹੈਰਾਨ ਹਾਂ ਢੀਂਡ ਸਾਹਿਬ ਜੀ ਪੋਲ ਖੋਲ ਰੈਲੀ ਦੀ ਤਿਆਰੀ ਕਰ ਰਹੇ ਨੇ, ਜਿਹੜੀ ਪੋਲ ਰਵੀ ਦਿਓਲ ਨੇ ਖੋਲੀ ਉਹਨਾਂ ਦੀ ਉਹਦਾ ਕੀ ਕਰਨਗੇ, ਉਹਦੇ ਬਾਰੇ ਦੱਸ ਦੇਣ ਜਿਹੜੀ ਉਹਨਾਂ ਦੀ ਪੋਲ ਖੋਲੀ ਹੈ। ਇਹ ਲੋਕਾਂ ਦੀ ਪੋਲ ਖੋਲ 10 ਸਾਲ ਲੋਕਾਂ ਨੂੰ ਲੁੱਟ ਕੇ, ਅਤੇ ਜਿਹੜੀਆਂ ਇਹਨਾਂ ਦੀਆਂ ਪੋਲਾਂ ਖੁੱਲ ਰਹੀਆਂ ਨੇ ਹੁਣ ਕਿ ਕਿੱਥੇ ਕਿੱਥੇ ਇਹਨਾਂ ਨੇ ਡਾਕੇ ਮਾਰੇ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ 'ਤੇ, ਲੋਕਾਂ ਦੇ ਧੀਆਂ ਭੈਣਾਂ ਦੀਆਂ ਚੁੰਨੀਆਂ ਲਾਈਆਂ, ਪੱਗਾਂ ਲਾਈਆਂ ਅਤੇ ਮਾਰ ਕਟਾਪੇ ਕੀਤੇ ਆ, ਉਹ ਪੋਲਾਂ ਜਿਹੜੀਆਂ ਨੇ ਉਹ ਖੁੱਲ ਰਹੀਆਂ ਨੇ। ਇਹ ਕਿਸੇ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਕੱਲ੍ਹ। ਦੇਖੋ ਜੀ, ਮੈਂ ਤਾਂ ਬਤੌਰ ਕਲਾਕਾਰ ਵੀ ਆਪਣੀਆਂ ਕੈਸਟਾਂ CDਾਂ ਦੇ ਵਿੱਚ ਇਸ ਤਰ੍ਹਾਂ ਦੇ ਗੀਤਾਂ ਦਾ ਵਿਰੋਧ ਕਰਦਾ ਸੀ, ਜਿਹੜੇ ਹਿੰਸਾ ਨੂੰ ਉਕਸਾਉਂਦੇ ਨੇ, ਜਿਹੜੇ ਅਸਲ 'ਚ ਗੀਤ ਜਿਹੜੇ ਨੇ ਰੂਹ ਦੀ ਸ਼ਾਂਤੀ ਵਾਸਤੇ ਹੁੰਦੇ ਨੇ, ਪਰ ਗੀਤ ਲਹੂ ਲਹਾਣ ਹੋਏ ਪਏ ਨੇ। ਮੈਂ ਆਪ ਕਹਿੰਦਾ ਰਿਹਾ ਪਹਿਲਾਂ ਇਹ ਕਿ ਕਲਚਰ 'ਚੋਂ ਕੱਕਾ ਕੱਟ ਗਿਆ, ਲੱਚਰ ਰਹਿ ਗਿਆ ਇਕੱਲਾ। ਅੱਜ ਕੀ ਹੈ, ਜਦੋਂ ਉਹ ਗਾਣੇ ਚੱਲਦੇ ਨੇ ਮੈਰਿਜ ਪੈਲਸਾਂ ਦੇ ਵਿੱਚ, ਤਾਂ ਉਹ ਜਿਹੜੇ ਨੇ ਮੁੰਡੇ ਐਕਸਾਈਟਡ ਹੋ ਕੇ ਗੋਲੀਆਂ ਚਲਾਉਂਦੇ ਨੇ, ਕਦੇ ਡਾਂਸਰ ਦੀ ਡੈਥ ਹੋ ਗਈ, ਕਦੇ ਕੋਈ ਰਿਸ਼ਤੇਦਾਰ ਦੀ ਡੈਥ ਹੋ ਗਈ, ਕਦੇ ਲਾੜੇ ਦੇ ਭਰਾ ਦੀ ਮੌਤ ਹੋ ਗਈ, ਹਰ ਰੋਜ਼ ਘਟਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਸੋ ਇਸ ਤਰ੍ਹਾਂ ਦੇ ਹਿੰਸਕ ਜਿਹੜੇ ਅਤੇ ਲੱਚਰ ਗਾਣੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਢਾਲ ਲਾਉਂਦੇ ਨੇ, ਨਹੀਂ ਚੱਲਣੇ ਚਾਹੀਦੇ। ਹੈਂਜੀ, ਪੁਲਿਸ ਦੀ ਜਿਹੜੀ ਮੁਹਿੰਮ ਹੈ, ਬਥੇਰੀਆਂ ਬੇਨਤੀਆਂ ਕਰਕੇ ਦੇਖ ਲਈਆਂ ਜੀ, ਫਿਰ ਹੁਣ ਪੁਲਿਸ ਤੋਂ ਠੀਕ ਹੋਣਗੇ, ਹੋਰ ਕੀ ਕਰ ਸਕਦੇ ਹਾਂ। ਬਜਟ ਸੈਸ਼ਨ ਦੇ ਵਿੱਚ ਮੈਂ, ਤੁਸੀਂ ਦੇਖਿਆ ਹੋਣਾ, ਮੈਂ ਪਾਰਲੀਮੈਂਟ ਦੇ ਵਿੱਚ ਜਿੰਨਾ ਮੌਕਾ ਮੈਨੂੰ ਮਿਲਿਆ, ਮੈਂ ਉਹ 'ਚ ਵੱਧ ਤੋਂ ਵੱਧ ਮੁੱਦੇ ਉਠਾਏ ਨੇ। ਮੈਂ ਸਵਾਮੀਨਾਥਨ ਦੀਆਂ ਰਿਪੋਰਟਾਂ ਲਾਗੂ ਨਾ ਕਰਨ ਦਾ ਜਿਹੜਾ ਕਾਰਨ ਵੀ ਪੁੱਛਿਆ, ਮੈਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਬਿਠਾਇਆ, ਮੈਂ ਵਪਾਰੀਆਂ ਦੀ ਜਿਹੜੀ GST 'ਤੇ ਨੋਟਬੰਦੀ ਨਾਲ ਮਾਰ ਹੋਈ ਹੈ ਉਹਦੇ ਬਾਰੇ ਵੀ ਬੋਲਿਆ, ਮੈਂ ਪੁੱਛਿਆ ਵੀ ਇਹ ਨਾਲ ਕਿ ਨੌਜਵਾਨ ਜਿਹੜੇ ਨੇ ਹੁਣ BA MA ਕਰਕੇ ਪਕੌੜੇ ਤਲਣ ਦੀਆਂ ਤੁਸੀਂ ਸਲਾਹਾਂ ਦੇ ਰਹੇ ਹੋ, ਤਾਂ ਫਿਰ ਉਹ ਕੀ ਕਰਨਗੇ, ਬੇਰੁਜ਼ਗਾਰੀ 'ਤੇ ਸਵਾਲ ਕੀਤੇ ਨੇ। ਸੋ ਜਿੰਨਾ ਕੁ ਮੇਰਾ ਫਰਜ਼ ਬਣਦਾ ਕਿ ਮੈਂ ਪੰਜਾਬ ਦੇ ਮੁੱਦੇ, ਜਿਹੜੇ ਦਲਿਤਾਂ ਦਾ ਜਿਹੜਾ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਹੈ, ਕਾਗਜ਼ਾਂ 'ਚ ਕਰੋੜਾਂ ਰੁਪਇਆ ਆਇਆ ਪਿਆ ਪਰ ਕਾਲਜਾਂ 'ਚ ਮਿਲਿਆ ਨਹੀਂ। ਸੋ ਇਸ ਕਰਕੇ ਮੈਂ ਸਾਰੇ, ਮੇਰਾ ਫਰਜ਼ ਬਣਦਾ, ਮੈਂ ਉੱਥੇ ਉਠਾਉਣਾ, ਉੱਥੇ ਮੈਨੂੰ ਸੰਗਰੂਰ ਦੇ ਲੋਕਾਂ ਨੇ ਉੱਥੇ ਇਸੇ ਕੰਮ ਹੀ ਭੇਜਿਆ। ਕਈ ਅਖਬਾਰਾਂ ਦੇ ਵਿੱਚ ਸੁਰਖੀਆਂ ਬਣ ਰਹੀਆਂ, ਦੇਖੋ ਸਾਡੀ ਪਾਰਟੀ 'ਚ ਕੋਈ ਅਹੁਦਿਆਂ ਦੀ ਦੌੜ ਨਹੀਂ ਹੈਗੀ ਜੀ, ਅਤੇ ਨਾ ਹੀ ਕੋਈ ਇੱਦਾਂ ਦੀ ਆਫੀਸ਼ੀਅਲ ਸਾਡੇ ਕੋਲ ਕੋਈ ਖਬਰ ਹੈ। ਅਸੀਂ ਟੀਮ ਦੇ ਤੌਰ 'ਤੇ ਕੰਮ ਕਰ ਰਹੇ ਹਾਂ, ਲੁਧਿਆਣਾ ਨਗਰ ਨਿਗਮ ਸਾਡੀ ਪਾਰਟੀ ਲੜ ਰਹੀ ਹੈ, ਔਰ ਜਿੱਥੇ ਵੀ ਮੌਕਾ ਮਿਲਦਾ ਅਸੀਂ ਜਾਂਦੇ ਹਾਂ। ਔਰ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਹੋਰਾਂ ਦਾ ਜਿਹੜਾ ਸਾਰਾ ਜਿਹੜਾ ਖੁਲਾਸਾ ਕੱਢ ਕੇ ਲਿਆਂਦਾ, ਵਿਰੋਧੀ ਪਾਰਟੀ ਨੇ ਧਰਨੇ ਵੀ ਦਿੱਤੇ, ਅਸੀਂ ਸਾਡੇ 'ਤੇ ਉਹਨਾਂ ਨੇ ਪਾਣੀ ਦੀਆਂ ਵਿਛਾੜਾਂ ਵੀ ਕੀਤੀਆਂ, ਥਾਣੇ ਵੀ ਲੈ ਗਏ। ਸੋ ਵਿਰੋਧੀ ਪਾਰਟੀ ਦਾ ਕੰਮ ਹੁੰਦਾ ਚੌਕੀਦਾਰ ਕਰਨਾ, ਅਸੀਂ ਉਹ ਕਰ ਰਹੇ ਹਾਂ। ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਇਨਫੋਰਮੇਸ਼ਨ ਨਹੀਂ। ਮੈਂ ਬਜਟ ਸੈਸ਼ਨ ਦੌਰਾਨ ਲਗਭਗ ਹਰ ਰੋਜ਼ ਹੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਨੂੰ ਮਿਲਦਾ ਰਿਹਾ, ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਨਹੀਂ। ਬਲਕਿ ਇਸ ਤਾਂ ਸੰਗਠਨ ਨੂੰ ਹੋਰ ਮਜ਼ਬੂਤ ਕਿਵੇਂ ਕੀਤਾ ਜਾਵੇ, ਫਿਊਚਰ ਦੀਆਂ ਕੀ ਪਲੈਨਸ ਨੇ, ਇਹਦੇ ਬਾਰੇ ਵਿਚਾਰ ਵਟਾਂਦਰੇ ਕੀ। ਇਹ ਤਾਂ PTC ਕਹਿੰਦਾ ਜੀ, ਹੈ ਨਹੀਂ PTC ਨੂੰ ਪੁੱਛੋ ਜੀ, ਮੈਨੂੰ ਤਾਂ ਪਤਾ ਨਹੀਂ, ਉਹਨਾਂ ਨੂੰ ਵੱਧ ਮੇਰੇ ਤੋਂ ਪਹਿਲਾਂ ਪਤਾ ਲੱਗ ਜਾਂਦਾ। ਖਬਰ ਲੱਗੀ ਸੀ ਤਾਂ ਉਹ ਅਖਬਾਰ 'ਚ ਨਹੀਂ, ਮੈਂ ਇੱਕ ਦਿਨ ਬੁਲਾਡੇ ਦੇ ਪਿੰਡਾਂ 'ਚ ਆਇਆ, ਇਕੱਠ ਹੋ ਗਏ ਜ਼ਿਆਦਾ, ਉਹ ਉਹਨਾਂ ਨੂੰ ਐਂ ਹੋਇਆ ਕਿਤੇ ਇੱਧਰ ਨਾ ਆ ਜਾਓ, ਕਹਿੰਦੇ ਖਬਰ ਚਲਾਓ ਯਾਰ, ਦੋ ਚਾਰ ਆਪਦੇ ਚਮਚੇ ਜਾਂ ਤੁਰ ਕਹਾ ਦਿਓ ਵੀ ਹਾਂ ਸੰਗਰੂਰ ਦੇ ਲੋਕਾਂ ਨੇ ਜੋ ਦਿਲੋਂ ਪਿਆਰ ਦਿੱਤਾ ਉਹਦੇ ਵਰਗੀ ਕੋਈ ਰੀਸ ਨਹੀਂ। ਅੱਜ ਮੈਂ ਲਹਿਰੇ ਦੇ ਪਿੰਡਾਂ 'ਚ ਆ ਰਿਹਾ, ਕੱਲ੍ਹ ਨੂੰ ਮੈਂ ਇੱਕ ਫੰਕਸ਼ਨ ਇੱਥੇ ਇੱਕ ਸੰਮੇਲਨ ਹੋ ਰਿਹਾ, ਜਿਹੜੇ ਖੁਦਕੁਸ਼ੀਆਂ ਪਰਿਵਾਰ ਕਰਕੇ ਉਹਨਾਂ ਨੂੰ ਲੈ ਕੇ ਉਹਦੇ ਉਹਨੂੰ ਅਟੈਂਡ ਕਰੂੰਗਾ। ਸਾਰੇ MPਾਂ ਨੂੰ ਬੁਲਾਇਆ, ਨੈਣ ਦੇਵੀ ਮੰਦਿਰ ਜਿਹੜਾ ਉਹਦੇ ਜਿਹੜੇ ਹਾਲ ਦੇ ਵਿੱਚ, ਅਤੇ ਧੂਰੀ ਦੇ ਪਿੰਡਾਂ 'ਚ ਜਾਵਾਂਗੇ। ਲੋਕ ਮੈਨੂੰ ਪਿੰਡਾਂ 'ਚ ਇਹੀ ਕਹਿੰਦੇ ਨੇ ਕਿ ਬਸ ਡਟੇ ਰਹੋ, ਪਹਿਲਾਂ ਵਾਲਾ ਰਿਕਾਰਡ ਵੀ ਤੋੜਾਂਗੇ।
ਮੇਰੀ ਗੱਲ ਹੋਈ ਸੀਗੀ, ਮੇਰੀ ਨਿਰੰਤਰ ਮੈਂ ਸੰਪਰਕਾਂ ਪੁਲਿਸ ਨਾਲ, ਮੇਰੀ ਕੱਲ੍ਹ ਵੀ ਗੱਲ ਹੋਈ ਸੀ ਐਸ ਐਸ ਪੀ ਨਾਲ, ਡੀ ਜੀ ਪੀ ਨਾਲ, 3 ਮੈਂਬਰੀ ਕਮੇਟੀ ਇੱਕ ਬਣਾਤੀ ਡੀ ਆਈ ਜੀ ਪਟਿਆਲਾ ਦੀ ਅਗਵਾਈ 'ਚ, ਜਿਹ 'ਚ ਫਤਿਹਗੜ੍ਹ ਸਾਹਿਬ ਦਾ ਐਸ ਪੀ, ਸੰਗਰੂਰ ਦਾ ਅਤੇ ਪਟਿਆਲੇ ਦੇ ਐਸ ਪੀ ਲੈਵਲ ਦੇ, ਅਤੇ ਉਹਨਾਂ ਦਾ ਰਿਮਾਂਡ ਜਿਹੜਾ ਉਹਦਾ ਪਟਿਆਲਾ ਪੁਲਿਸ ਨੇ ਲੈ ਲਿਆ, ਅਤੇ ਉਹ ਕਮੇਟੀ ਕੋਲ ਸਾਰਾ ਕੁਝ, ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਰਿਮਾਂਡ 'ਚੋਂ ਤੁਸੀਂ ਕੀ ਰਿਪੋਰਟ ਦਿੱਤੀ ਹੈ, ਉਹ ਕਹਿੰਦੀ ਰਿਪੋਰਟ ਅਸੀਂ ਉਸ ਕਮੇਟੀ ਨੂੰ ਸੌਂਪਤੀ, ਅਤੇ ਮੈਂ ਉਹਨਾਂ ਦੇ ਇਨ ਟੱਚ ਹਾਂ, ਤੁਸੀਂ ਫਿਕਰ ਨਾ ਕਰੋ, ਇਹ ਮਾਮਲਾ ਜਿਹੜਾ ਇਹ ਇਕੱਲਾ ਰਾਜਨੀਤਿਕ ਨਹੀਂ, ਇਹ ਸੰਗਰੂਰ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ, ਕਿਵੇਂ ਸਾਨੂੰ ਇਹ ਲੁੱਟਦੇ ਰਹੇ ਨੇ, ਕਿਵੇਂ ਸਾਡੀਆਂ ਧੀਆਂ ਭੈਣਾਂ ਨੂੰ ਇਹ ਐਕਸਪਲੋਇਟ ਕਰਦੇ ਰਹੇ ਨੇ, ਉਹਨਾਂ ਦੀਆਂ ਮਜਬੂਰੀਆਂ ਦਾ ਨਜਾਇਜ਼ ਫਾਇਦਾ ਉਠਾਉਂਦੇ ਰਹੇ ਨੇ, ਇਹ ਮਾਮਲਾ ਛੱਡਾਂਗੇ ਨਹੀਂ, ਨਹੀਂ ਕੋਈ ਇਸ ਤਰ੍ਹਾਂ ਅਲਟੀਮੇਟਮ ਨਹੀਂ, ਪਰ ਕਿਉਂਕਿ ਇਨਕੁਆਇਰੀ ਚੱਲ ਰਹੀ ਹੈ, ਕਮੇਟੀ ਬੈਠ ਗਈ, ਇਸ ਕਰਕੇ ਮੈਨੂੰ ਡੀ ਜੀ ਪੀ ਸਾਹਿਬ ਨੇ ਇਹ ਭਰੋਸਾ ਦਿੱਤਾ ਕਿ ਬਹੁਤ ਸੀਰੀਅਸ ਐਕਸ਼ਨ ਲਿਆ ਜਾਊਗਾ, ਅਤੇ ਮੰਨੂ ਮਾਸਟਰ ਅਤੇ ਚੈਰੀ ਜਿਹੜਾ ਦੋਨਾਂ ਦਾ ਸੇਮ ਲੁੱਕਆਊਟ ਨੋਟਸ ਤਾਂ ਦੋਨਾਂ ਦੇ ਜਾਰੀ ਹੋ ਗਏ, ਮੰਨੂ ਮਾਸਟਰ ਜੀ ਬੰਗਲੌਰ ਬੱਚਿਆਂ ਨੂੰ ਖਿਡਾਉਣ ਗਏ ਹੋਏ ਸੀਗੇ, ਖੇਡਾਂ ਪਤਾ ਨਹੀਂ ਕਿਹੜੀਆਂ ਖੇਡਦੇ ਨੇ ਇੱਥੇ, ਉੱਥੇ ਖਿਡਾਉਣ ਗਏ ਹੋਏ ਸੀ ਅਤੇ ਮੁੜ ਕੇ ਮੁੜੇ ਨਹੀਂ ਹਜੇ ਤੱਕ, ਕਾਰਨ ਘਰੇ ਜਿੰਦਾ ਲੱਗਿਆ ਹੋਇਆ, ਇੱਥੋਂ ਸਿੱਧ ਹੁੰਦਾ ਕਿ ਉਹਨਾਂ ਦੇ ਮਨ 'ਚ ਕੋਈ ਪਾਲਾ, ਜੇ ਕੋਈ ਜੇ ਉਹ ਸੱਚ ਨੇ, ਜੇ ਸੱਚੇ ਨੇ ਤਾਂ ਆ ਕੇ ਸਾਹਮਣਾ ਕਰਨ ਕਾਨੂੰਨ ਦਾ, ਜਿਹੜੇ ਕੁੜੀ ਨੇ ਨਹੀਂ, ਉਹ ਹਜੇ ਇਸ ਤਰ੍ਹਾਂ ਨਹੀਂ ਜੀ, ਉਹ ਪਹਿਲਾਂ ਪੁਲਿਸ ਦੀ ਇਨਕੁਆਇਰੀ, ਕਿਉਂਕਿ ਉਹਨਾਂ ਦੀ ਪ੍ਰਾਈਵੇਸੀ ਦਾ ਸਵਾਲ ਹੈ, ਅਸੀਂ ਸੰਪਰਕ 'ਚ ਉਹਨਾਂ ਨਾਲ, ਜ਼ਰੂਰਤ ਪਈ ਤਾਂ ਅਸੀਂ ਹੁਣ ਜੇ ਪੁਲਿਸ ਨੇ ਕਿਹਾ ਕਿ ਸਾਨੂੰ ਕੁਝ ਹੋਰ ਚਾਹੀਦੇ ਨੇ ਜਾਂ ਕੋਈ ਇਸ ਤਰ੍ਹਾਂ ਅਸੀਂ ਦੱਸ ਦਾਂਗੇ, ਲੇਕਿਨ ਜੋ ਮਰਜ਼ੀ ਬੈਠਾ, ਮੈਂ ਤਾਂ ਕਹਿੰਦਾ ਢੀਂਡਸਾ ਸਾਹਿਬ ਆਉਣ, ਸਿੰਗਲਾ ਸਾਹਿਬ ਬੈਠੇ ਨੇ ਇੱਥੇ, ਕਿਹੜਾ ਵਿਕਾਸ ਹੋਇਆ ਉਦੋਂ ਪਹਿਲਾਂ, 5 ਸਾਲ ਉਹ ਵੀ ਤਾਂ ਰਹੇ ਨੇ, ਉਦੋਂ ਪਰ ਰਾਜ ਸਭਾ ਦੇ ਮੈਂਬਰ ਢੀਂਡਸਾ ਸਾਹਿਬ ਪਿਛਲੇ ਜਿੰਨੀ ਵਾਰੀ ਹਾਰੇ ਨੇ ਉਨੀ ਵਾਰੀ ਰਾਜ ਸਭਾ 'ਚ ਦੇ ਮੈਂਬਰ ਨੇ, ਇਹ ਜੇ ਗਿਣਨਾ ਹੋਵੇ ਨਾ ਕਿਸੇ ਨੇ ਕਿ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਦਾ ਮੈਂਬਰ ਕਦੋਂ ਹੈ, ਉਹ ਕਹਿੰਦੇ ਜਦੋਂ ਦਾ ਹਾਰੀ ਜਾਂਦਾ ਉਦੋਂ ਦਾ ਉਦੋਂ ਜਾਈ ਜਾਂਦਾ, ਬਸ ਉਹ ਵੀ ਬਹਿ ਜਾਣ ਨਾਲ, ਅਤੇ 5 ਕਰੋੜ ਰੁਪਈਆ ਜਿਹੜਾ ਐਮ ਪੀ ਦਾ ਇੱਕ ਸਾਲ ਦਾ ਮਿਲਦਾ, ਅਸੀਂ ਕਿੰਨੇ ਪੈਸੇ ਲਾਏ ਨੇ ਸਾਡੇ ਪਿੰਡਾਂ ਨੂੰ, ਸਾਡੇ ਪੈਸੇ ਨੂੰ ਵੀ ਇਕੱਲੇ ਇਕੱਲੇ ਪਿੰਡ ਜਾ ਕੇ ਲਿਸਟਾਂ ਦੇ ਦਾਂਗੇ, ਤੁਸੀਂ ਆਪ ਚੈੱਕ ਕਰਕੇ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕੋਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ Facebook ਪੇਜ ਵੀ ਲਾਈਕ ਕਰ ਸਕਦੇ ਹੋ, Facebook ਤੇ ਸਰਚ ਕਰੋ ਖਬਰ ਹਰਪਲ ਇੰਡੀਆ।